ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨੀ ਅੰਦੋਲਨ ਦੇ ਜਿਹੜੇ ਆਗੂ ਨੇ, ਕਿਸਾਨ ਜਥੇਬੰਦੀਆਂ ਦੇ ਜਿਹੜੇ ਪ੍ਰਧਾਨ ਨੇ, ਉਹਨਾਂ ਦੀ ਗੱਲਬਾਤ ਮੈਂ ਅੱਜ ਕਰਨੀ ਹੈ। ਅੱਜ ਦਿੱਲੀ ਵੱਲ ਨੂੰ ਕਿਸਾਨ ਟਰਾਲੀਆਂ ਭਰ ਕੇ ਰਵਾਨਾ ਹੋਏ ਨੇ। ਕੁਝ ਬਾਰਡਰਾਂ 'ਤੇ ਅਥਰੂ ਗੈਸ ਦੇ ਗੋਲੇ ਸਿੱਟੇ ਗਏ, ਹੱਥੋਂ ਪਾਈ ਹੋਏ, ਪੁਲਿਸ ਦੇ ਨਾਲ ਕਿਸਾਨਾਂ ਦੀਆਂ ਝੜਪਾਂ ਹੋਈਆਂ। ਤਕਰੀਬਨ ਇਹ ਨੋਰਮਲ ਹੈ, ਜਦੋਂ ਵੀ ਕੋਈ ਬਹੁਤਾ ਇਕੱਠ ਹੁੰਦਾ, ਇਹ ਵਰਤਾਰਾ, ਇਹ ਘਟਨਾਕ੍ਰਮ ਵਾਪਰਦਾ ਹੁੰਦਾ। ਮੈਂ ਗੱਲ ਕਰਨੀ ਹੈ, ਥੋੜ੍ਹਾ ਜਿਹਾ ਧਿਆਨ ਦਿਓ। ਜਿਹੜਾ 2020-21 ਵਾਲਾ ਅੰਦੋਲਨ ਸੀ, ਉਹਦੇ ਵਿੱਚ ਜਿਹੜਾ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਹੋਇਆ, ਉਹ ਤਕਰੀਬਨ 750 ਬੰਦੇ ਦੀ ਮੌਤ ਹੁੰਦੀ ਹੈ। ਅਤੇ ਉਸ ਕਿਸਾਨਾਂ ਨੇ ਜਿਹੜਾ ਸੰਤਾਪ ਹੰਢਾਇਆ ਆਪਣੇ ਪਿੰਡੇ 'ਤੇ, ਉਹਦੀ ਭਰਵਾਈ ਕੋਈ ਨਹੀਂ ਕਰ ਸਕਦਾ। ਪਰ ਮੈਂ ਜਿਹੜੀ ਅੱਜ ਗੱਲ ਕਰਨੀ ਹੈ, ਭਾਵੇਂ ਰਾਜਨੀਤਿਕ ਲੀਡਰ ਹੋਣ, ਭਾਵੇਂ ਸਮਾਜ ਸੇਵੀ ਹੋਣ ਜਾਂ ਧਾਰਮਿਕ ਲੀਡਰ ਹੋਣ, ਇਹ ਰਿਕਾਰਡ ਬੋਲਦਾ ਕਿ ਅੱਜ ਤੱਕ ਕਿਸੇ ਵੀ ਲੀਡਰ ਨੇ ਆਪਣੇ 10 ਉਂਗਲਾਂ ਦੇ ਵਿੱਚੋਂ ਇੱਕ ਵੀ ਉਂਗਲ ਕਟਵਾਈ ਹੋਵੇ। ਇਹ ਸੱਚਾਈ ਹੈ। ਹੁਣ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਨੇ, ਪਹਿਲਾਂ ਤਾਂ ਸਵਾਲ ਇਹ ਹੈ, ਪੰਜਾਬ ਦੇ ਵਿੱਚ ਜ਼ਿਲ੍ਹੇ 23 ਨੇ ਅਤੇ ਕਿਸਾਨ ਜਥੇਬੰਦੀਆਂ ਦੀ ਗਿਣਤੀ 34-35 ਹੈ। ਤੁਸੀਂ ਇਹ ਦੇਖੋ ਵੀ ਇਹ ਆਪਸ ਵਿੱਚ ਕਿੰਨੇ ਇਕੱਠੇ ਹੋ ਕੇ ਇੱਕ ਪਲੇਟਫਾਰਮ 'ਤੇ ਗੱਲਬਾਤ ਕਰਦੇ ਆ। ਜਿਹੜੀਆਂ ਅੱਜ ਮੈਂ ਇਹਨਾਂ ਦੀ ਬਿਆਨਬਾਜ਼ੀ ਸਟੇਟਮੈਂਟਾਂ ਸੁਣੀਆਂ, ਕੋਈ ਕਹਿੰਦਾ ਜੀ ਅਸੀਂ ਦਿੱਲੀ ਜਾਣਾ, ਕੋਈ ਕਹਿੰਦਾ ਸਾਨੂੰ ਸੱਦਾ ਨਹੀਂ ਆਇਆ, ਕੋਈ ਕਹਿੰਦਾ ਮੀਡੀਆ ਨੂੰ ਤੁਸੀਂ ਤੋੜ ਮਰੋੜ ਕੇ ਪੇਸ਼ ਨਾ ਕਰੋ, ਅਸੀਂ ਸਾਰੇ ਇਕੱਠੇ ਹਾਂ। ਚਲੋ, ਜਿਹੜੀਆਂ ਇਹ ਸਟੇਟਮੈਂਟਾਂ ਨੇ ਇਹ ਆਪਾਂ ਮੀਡੀਆ ਰਾਹੀਂ ਸੁਣੀਆਂ ਨੇ, ਪਰ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਕੀ ਇਹ ਪੰਜਾਬ ਦੇ ਹੱਕਾਂ ਲਈ ਅੰਦੋਲਨ ਲੜਦੇ ਨੇ, ਕਿਸਾਨਾਂ ਦੇ ਹੱਕ ਵਿੱਚ ਹੈ? ਪੰਜਾਬ ਦੇ ਜ਼ਿਲ੍ਹੇ 23 ਨੇ ਅਤੇ ਜਥੇਬੰਦੀਆਂ 34-35 ਨੇ। ਹੁਣ ਇਹਨਾਂ ਦਾ ਆਪਸ ਵਿੱਚ ਇਤਫਾਕ ਕਿੰਨਾ ਕੁ ਹੈ, ਆਪ ਵਿੱਚ ਕਿੰਨੇ ਕੁ ਇਕੱਠੇ ਨੇ? ਜਾਣੀ ਕਿ ਆਪੋ ਆਪਣੇ ਘਰ ਭਰਨ ਵਾਸਤੇ, ਆਪੋ ਆਪਣੀ ਚੌਧਰ ਚਮਕਾਉਣ ਵਾਸਤੇ ਇਹ ਬੰਦੇ ਤੁਰੇ ਨੇ, ਪਹਿਲਾਂ ਵੀ ਅਤੇ ਹੁਣ ਵੀ। ਚਲੋ, ਮੈਂ ਜਿਹੜੀ ਆਪਣੀ ਗੱਲਬਾਤ ਕਰਨੀ ਹੈ, ਮੈਂ ਤਕਰੀਬਨ ਜਦੋਂ ਦਾ ਬੋਲਦਾ, ਮੈਂ ਇਹ ਕਹਿੰਦਾ ਮੈਂ ਇਹਨਾਂ ਧਰਨਿਆਂ ਦੇ ਨਾਲ, ਅੰਦੋਲਨਾਂ ਦੇ ਨਾਲ ਸਹਿਮਤ ਨਾ ਪਹਿਲਾਂ ਸੀ ਨਾ ਹੋਣਾ। ਮੈਂ ਤਾਂ ਇਹਨਾਂ ਦੀ ਕਰਤੂਤ ਦੱਸਣੀ ਹੈ। ਹੁਣ ਇਹਨਾਂ ਨੇ ਜਿਹੜੇ ਟਰੈਕਟਰ ਟਰਾਲੀਆਂ ਇਕੱਠੇ ਕੀਤੇ ਨੇ ਆਮ ਕਿਸਾਨਾਂ ਦੇ, ਜਿਨ੍ਹਾਂ ਨੂੰ ਗੁੰਮਰਾਹ ਕੀਤਾ ਜਾਂਦਾ ਜਾਂ ਜਜ਼ਬਾਤੀ ਕਰਕੇ ਸਰਕਾਰ ਦੇ ਖਿਲਾਫ ਭੜਕਾਇਆ ਜਾਂਦਾ, ਜੇ ਇਹਨਾਂ ਆਗੂਆਂ ਦੇ ਪਰਿਵਾਰਾਂ ਦੀ ਗੱਲ ਕਰੋਗੇ ਤੁਸੀਂ, ਜਿਹੜੇ ਕਿਸਾਨ ਜਥੇਬੰਦੀਆਂ ਦੇ ਪ੍ਰਧਾਨ ਨੇ, ਆਗੂ ਨੇ, ਉਹਨਾਂ ਦੀ ਗੱਲਬਾਤ ਕਰੋਗੇ, ਇਹਨਾਂ ਸਾਰਿਆਂ ਦੇ ਬੱਚੇ ਫੋਰਨ ਕੰਟਰੀ ਦੇ ਵਿੱਚ, ਜਾਣੀ ਕਿ ਬਾਹਰਲੇ ਮੁਲਕਾਂ ਦੇ ਵਿੱਚ ਸੈਟਲ ਨੇ ਸਾਰਿਆਂ ਦੇ ਪਰਿਵਾਰ, ਇਹਨਾਂ ਦਾ ਆਪਣਾ ਪਰਿਵਾਰ ਵਿੱਚੋਂ ਇੱਕ ਵੀ ਜੀ ਕਿਸਾਨੀ ਅੰਦੋਲਨ ਦੇ ਵਿੱਚ ਨਹੀਂ ਹੈਗਾ। ਇਹਨਾਂ ਨੇ ਪਹਿਲਾਂ ਵੀ ਲੋਕਾਂ ਨੂੰ ਮਰਵਾਇਆ, 750 ਕਿਸਾਨ ਮਰਿਆ ਦਿੱਲੀ ਧਰਨੇ ਦੇ ਵਿੱਚ, ਅਤੇ ਹੁਣ ਵੀ ਇਹ ਲੋਕਾਂ ਨੂੰ ਮਰਵਾਉਣ ਵਾਸਤੇ ਤੁਰੇ ਹੋਏ ਆ। ਮੈਂ ਜਿਹੜੇ ਸਾਡੇ ਪੰਜਾਬ ਦੇ ਲੋਕ, ਇਹਨਾਂ ਨੂੰ ਬੇਨਤੀ ਕਰਨੀ ਹੈ, ਜਿਹੜੀ ਪਹਿਲਾਂ ਗੱਲਬਾਤ ਚੱਲੀ ਸੀ ਕਿ ਕਿਸਾਨ ਅਤੇ ਮਜ਼ਦੂਰ ਇੱਕ ਹੋ ਕੇ ਚੱਲਣਗੇ, ਬਿਲਕੁਲ ਨਹੀਂ। ਅੱਜ ਮੈਂ ਸ਼ਰੇਆਮ ਇਹ ਗੱਲ ਕਹਿਣੀ ਚਾਹੁੰਦਾ
ਕਿ ਮਜ਼ਦੂਰ ਤੁਹਾਡੇ ਨਾਲ ਨਹੀਂ ਤੁਰਨਗੇ ਅਤੇ ਨਾ ਹੀ ਤੁਹਾਡੇ ਅੰਦੋਲਨ ਦਾ ਕਿਸੇ ਮਜ਼ਦੂਰ ਨੂੰ ਫਾਇਦਾ ਹੈ। ਬੜੇ ਤਾਨੇ ਵੱਜਦੇ ਆ ਪਰ ਕੀ ਇਕੱਲਾ ਖਜ਼ਾਨਾ ਸੈਂਟਰ ਗੌਰਮੈਂਟ ਦਾ ਜਾਂ ਪੰਜਾਬ ਗੌਰਮੈਂਟ ਦਾ ਇਕੱਲੇ ਕਿਸਾਨਾਂ ਲਈ ਹੈ? ਜਦ ਤੁਸੀਂ ਸਿੱਖ ਇਤਿਹਾਸ ਦੀ ਗੱਲ ਕਰਦੇ ਹੋ ਉਦੋਂ ਕਹਿੰਦੇ ਜੀ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਅਲਾਟ ਕੀਤੀਆਂ ਕੇਵਲ ਕਿਸਾਨਾਂ ਨੂੰ ਕੀਤੀਆਂ। ਇਤਿਹਾਸ ਦੇ ਵਿੱਚ ਵੀ ਤੋੜ ਮਰੋੜ ਹੈ। ਮੈਂ ਇੱਕ ਬੇਨਤੀ ਕਰਨੀ ਹੈ, ਜਿਹਦੀ ਵੀ ਧੌਣ ਵਿੱਚ ਕਿੱਲਾ ਹੈ ਕਿ ਗਿਆਨੀ ਬੂਟਾ ਸਿੰਘ ਅੰਦੋਲਨ ਦੇ ਖਿਲਾਫ ਬੋਲਦਾ, ਇਹ ਮੇਰੀ ਵਿਚਾਰਧਾਰਾ ਹੈ। ਮੈਨੂੰ ਕਿਸੇ ਨੇ ਕੋਈ ਮਤ ਨਹੀਂ ਦਿੱਤੀ, ਕਿਸੇ ਨੇ ਮੇਰੇ ਕੰਨ ਵਿੱਚ ਫੂਕ ਨਹੀਂ ਮਾਰੀ। ਜੋ ਕੁਛ ਬੋਲਣਾ ਮੈਂ ਪੰਜਾਬ ਲਈ ਜਾਂ ਮਜ਼ਦੂਰ ਵਰਗ ਲਈ ਜਾਂ ਕਿਸਾਨਾਂ ਲਈ ਆਪਣੀ ਮਰਜ਼ੀ ਨਾਲ ਬੋਲਣਾ। ਇਹਨਾਂ ਆਗੂਆਂ ਦੇ ਪਿੱਛੇ ਲੱਗ ਕੇ ਨਹੀਂ ਸੀ ਬੋਲਣਾ। ਇਹਨਾਂ ਨੇ ਪਹਿਲਾਂ ਵੀ ਕੌਮ ਦਾ ਹੀ ਬੇੜਾ ਗਰਕ ਕੀਤਾ ਅਤੇ ਪੰਜਾਬ ਨੂੰ ਕਰਜ਼ਾਈ ਪਹਿਲਾਂ ਵੀ ਕੀਤਾ, ਹੁਣ ਵੀ ਕਰਨਗੇ। ਜਿਹੜੇ ਮੈਂ ਸਵਾਲ ਕੀਤੇ ਨੇ ਨਾ, ਜਿਹੜੇ ਕਿਸਾਨ ਆਗੂ ਨੇ ਕਿ ਵਾਕਈ ਇਹਨਾਂ ਦੇ ਪਰਿਵਾਰ ਫੋਰਨ ਕੰਟਰੀ ਵਿੱਚ ਸੈੱਟ ਨੇ, ਇਹਨਾਂ ਦਾ ਕੋਈ ਆਪਣਾ ਬੱਚਾ ਜਾਂ ਕੋਈ ਕਿਸਾਨ ਆਗੂ ਅੱਜ ਤੱਕ ਧਰਨੇ ਵਿੱਚ ਮਰਿਆ, ਕਿਸੇ ਦੀ ਉਂਗਲ 'ਤੇ ਵੀ ਸੱਟ ਲੱਗੀ ਹੈ, ਇਹ ਸੱਚਾਈ ਹੈ ਕਿ ਨਹੀਂ? ਤਕਰੀਬਨ ਇਹਨਾਂ ਨੇ ਅੰਦੋਲਨ ਦੇ ਨਾਂ 'ਤੇ ਕਰੋੜਾਂ ਰੁਪਈਆ ਇਕੱਠਾ ਕਰਕੇ ਆਪਣੀਆਂ ਬੈਂਕਾਂ ਆਪਣੇ ਘਰ ਭਰੇ ਨੇ, ਅਤੇ ਇਹ ਜੇ ਤੁਸੀਂ ਇਹਨਾਂ ਦੇ ਅਕਾਊਂਟ ਚੈੱਕ ਕਰਕੇ ਵੇਖੋ ਤਾਂ ਬੜਾ ਕੁਛ ਲੱਭੂਗਾ। ਇਹ ਬਹੁਤ ਵੱਡਾ ਮਾਫੀ ਹੈ। ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਹੈ, ਵਧੀਆ ਆਪਣੇ ਘਰਾਂ ਦੇ ਵਿੱਚ ਵੱਸਦੇ ਰਸਦੇ ਹਾਂ, ਇਹਨਾਂ ਪਿੱਛੇ ਲੱਗ ਕੇ ਪੰਜਾਬ ਨੂੰ ਕਰਜ਼ਾਈ ਨਾ ਕਰੋ। ਇਹ ਜਿੰਨਾ ਬੋਝ ਪੈਣਾ ਨਾ ਅੰਦੋਲਨ ਦਾ, ਸਾਰਾ ਪੰਜਾਬ ਗੌਰਮੈਂਟ 'ਤੇ ਪੈਣਾ ਔਰ ਪੰਜਾਬ ਦੇ ਲੋਕਾਂ 'ਤੇ ਪੈਣਾ। ਪਰ ਇਹ ਕੜਾਮ ਚੌਧਰੀ ਨੇ, ਇਹ ਜਜ਼ਬਾਤੀ ਕਰਦੇ ਨੇ ਕਿਉਂਕਿ ਇਹ ਵਿਹਲੇ ਨੇ, ਇਹਨਾਂ ਕੋਲ ਇਹੀ ਤਾਣਾ ਬਾਣਾ ਬੁਣਨ ਵਾਸਤੇ ਦਿਮਾਗ ਚੱਲਦਾ ਹੁੰਦਾ, ਕਿੱਦਾਂ ਕੀ ਕਰਨਾ ਕਿੱਦਾਂ ਕੀ ਕਰਨਾ, ਬਸ ਇਹ ਚੱਲਦਾ ਰਹਿੰਦਾ। ਅਤੇ ਜਿਹੜਾ ਅੱਜ ਸ਼ੁਰੂਆਤ ਕੀਤੀ ਹੈ, ਚੇਤੇ ਰੱਖਿਓ ਇਲੈਕਸ਼ਨ ਸਿਰ ਦੇ ਉੱਪਰ ਹੈ ਅਤੇ ਇਹ ਕੋਈ ਨਾ ਕੋਈ ਕਾਰਾ ਜ਼ਰੂਰ ਕਰਵਾਉਣਗੇ, ਅਤੇ ਆਪੋ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਇਹਨਾਂ ਤੋਂ ਬਚਾ ਲਓ। ਇਹਨਾਂ ਦਾ ਕੁਛ ਨਹੀਂ ਜਾਣਾ, ਇਹਨਾਂ ਟਿਕਟਾਂ ਲੈਣੀਆਂ ਨੇ ਫਟਾਫਟ ਪਲੇਨ ਦੀਆਂ, ਕਿਸੇ ਨੇ ਕੈਨੇਡਾ, ਕਿਸੇ ਨੇ ਅਮੈਰੀਕਾ, ਕਿਸੇ ਨੇ ਇੰਗਲੈਂਡ, ਕਿਸੇ ਨੇ ਆਸਟ੍ਰੇਲੀਆ, ਚੜ੍ਹ ਜਾਣਾ। ਅਤੇ ਮਰਨ ਵਾਲੇ ਕੌਣ ਆ? ਇੱਥੇ ਆਮ ਲੋਕ ਨੇ। ਅਤੇ ਦੂਜੀ ਗੱਲ ਮੈਂ ਨਾਲ ਕਹਿ ਦਿੰਦੀ ਹਾਂ, ਜਿਹੜੇ ਬੰਦੇ ਇਹ ਕਹਿੰਦੇ ਨੇ ਮਜ਼ਦੂਰ ਸਾਡੇ ਨਾਲ ਨੇ, ਬਿਲਕੁਲ ਨਹੀਂ ਮਜ਼ਦੂਰ ਨਾਲ ਜਾਣਗੇ ਐਤਕੀ, ਕਿਉਂਕਿ ਮਜ਼ਦੂਰਾਂ ਦੇ ਹੱਕ ਦੀ ਕੋਈ ਗੱਲ ਕੀਤੀ ਨਹੀਂ। ਮਜ਼ਦੂਰ ਕਿਉਂ ਮਰਨਗੇ ਬਾਈ? ਕਰਜ਼ਾ ਕਿਹਨੇ ਚੜਾਇਆ? ਮਜ਼ਦੂਰਾਂ ਨੇ ਚੜਾਇਆ? ਬਿਲਕੁਲ ਨਹੀਂ। ਇਹ ਸ਼ਰੇਆਮ ਕਹਿੰਦੇ ਹਾਂ, ਜਿਹਨੇ ਗਾਲਾਂ ਕੱਢਣੀਆਂ ਨੇ ਕੱਢੀ, ਚਲੋ ਸਾਨੂੰ ਕੋਈ ਪਰਵਾਹ ਨਹੀਂ, ਪਰ ਇਹ ਸੱਚਾਈ ਹੈ। ਜਿਹੜੇ ਕਿਸਾਨ ਆਗੂ ਨੇ ਇਹ ਸਰਕਾਰਾਂ ਨਾਲੋਂ ਵੀ ਭੈੜਾ ਮਾਫੀ ਹੈ। ਅਸੀਂ ਕਹਿੰਦੇ ਫਲਾਣੀ ਸਰਕਾਰ ਨੇ ਪੰਜਾਬ ਦਾ ਬੇੜਾ ਗਰਕ ਕਰਤਾ, ਫਲਾਣੀ ਸਰਕਾਰ ਨੇ ਕਰਤਾ, ਚੇਤੇ ਰੱਖ ਲਓ ਗੱਲ ਮੇਰੀ। ਇਹ ਸਭ ਕੁਝ ਜਿਹੜਾ ਲੁੰਗ ਲਾਣਾ ਇਕੱਠਾ ਕੀਤਾ ਕਿਸਾਨ ਜਥੇਬੰਦੀਆਂ ਨੇ, ਅਤੇ ਇਹ ਪੰਜਾਬ ਨੂੰ ਭੱਠੀ ਵਿੱਚ ਝੋਕਣਗੇ ਹੁਣ। ਅਤੇ ਜਿੰਨੇ ਵੀ ਪੰਜਾਬ ਦੇ ਵਸ਼ਿੰਦੇ ਲੋਕ ਨੇ, ਥੋੜ੍ਹਾ ਜਿਹਾ ਯਾਰ ਦਿਮਾਗ ਤੋਂ ਕੰਮ ਲੈ ਲਓ। ਕਿਹਦੇ ਘਰ ਕੋਈ ਵਿਪਤਾ ਪਈ ਹੈ? ਕਿਹਦੇ ਘਰ ਕੋਈ ਪ੍ਰੋਬਲਮ ਹੈ? ਕਿ ਇੱਕ ਬੰਦਾ ਦਿਹਾੜੀ ਕਰਕੇ ਖਾਂਦਾ, ਅਸੀਂ ਉਹਦੇ ਨਾਲ ਵੀ ਗਏ ਗੁਜ਼ਰੇ ਹਾਂ। ਇੱਕ ਬੰਦਾ ਰੋਜ਼ 200-400 ਰਿਕਸ਼ਾ ਚਲਾ ਕੇ ਕਮਾਉਂਦਾ, ਉਹ ਆਪਣੇ ਬੱਚਿਆਂ ਨੂੰ ਰੋਟੀ ਦੇ ਕੇ ਪਾਲਦਾ, ਉਹਦੇ ਨਾਲ ਵੀ ਅਸੀਂ ਗਏ ਗੁਜ਼ਰੇ ਹਾਂ, ਅਸੀਂ ਪਿੱਛੇ ਲੱਗ ਕੇ ਤੁਰ ਪੈਂਦੇ ਹਾਂ। ਕੀ ਚਾਹੁੰਦੇ ਹਾਂ ਅਸੀਂ? ਮੈਂ ਇਹ ਸਵਾਲ ਕੀਤਾ ਬਹੁਤ ਵੱਡਾ, ਜਿਹੜੇ ਬੰਦੇ ਕਿਸਾਨੀ ਅੰਦੋਲਨ ਦੇ ਨਾਂ 'ਤੇ ਦਿੱਲੀ ਧਰਨਾ ਲਾਉਣ ਚੱਲੇ ਨੇ, ਅੱਜ
ਬਸ ਇੱਕੋ ਹੀ ਸਵਾਲ ਹੈ, ਇਹਨਾਂ ਦਾ ਪਰਿਵਾਰ ਦੇਖ ਲਿਓ ਕਿੱਥੇ ਬੈਠਾ, ਪੰਜਾਬ ਦੇ ਵਿੱਚ ਬੈਠਾ ਜਾਂ ਫੋਰਨ ਕੰਟਰੀਆਂ ਵਿੱਚ ਬੈਠਾ? ਇਹ ਤੁਹਾਡੇ ਬੱਚਿਆਂ ਨੂੰ ਮਰਵਾਉਣ ਵਾਲੇ ਨੇ, ਆਪਣੇ ਬੱਚਿਆਂ ਦੇ ਪਰਿਵਾਰ ਫੋਰਨ ਕੰਟਰੀਆਂ ਦੇ ਵਿੱਚ ਸੈੱਟ ਨੇ ਸਾਰਿਆਂ ਦੇ, ਇਹ ਬੇਨਤੀ ਪ੍ਰਵਾਨ ਕਰਿਓ। ਜੇ ਕਿਸੇ ਦੀ ਧੌਣ 'ਚ ਕਿੱਲਾ ਹੈ ਨਾ, ਤਾਂ ਉਹ ਕਮੈਂਟ ਬੋਕਸ ਵਿੱਚ ਆਪਣੀ ਰਾਇ ਲਿਖ ਦਿਓ ਅਤੇ ਜਾਂ ਮੇਰੇ ਵਿਰੁੱਧ ਵੀਡੀਓ ਪਾ ਦਿਓ, ਬੂਟਾ ਸਿੰਘ ਇੱਦਾਂ ਕਹਿੰਦਾ। ਸੱਚਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Subscribe to One India channel and never miss an update.